ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਇਰੂਡਾਈਟ ਨਿਊਟ੍ਰੀਸ਼ਨ ਤੋਂ। ਅੱਜ ਇੱਕ ਬਹੁਤ ਸ਼ੋਰਟ ਜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ। ਮਕਸਦ ਇਸ ਵੀਡੀਓ ਨੂੰ ਬਣਾਉਣ ਦਾ ਸਿਰਫ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਪੇਸ਼ੈਂਟ ਐਨ ਜੀ ਫੀਡ ਦੇ ਥਰੂ ਨਿਊਟ੍ਰੀਸ਼ਨ ਲੈ ਰਹੇ, ਐਨ ਜੀ ਫੀਡ ਦਾ ਮਤਲਬ ਆ ਕਿ ਮੂੰਹ ਥਾਣੀ ਜਾਂ ਨੱਕ ਥਾਣੀ ਜਿਹੜੀ ਪਾਈਪ ਉਹਨਾਂ ਦੇ ਪੇਟ ਤੱਕ ਜਾ ਰਹੀ ਹੈ, ਜਿਹਦੇ ਵਿੱਚੋਂ ਉਹਨਾਂ ਨੂੰ ਖੁਰਾਕ ਦਿੱਤੀ ਜਾ ਰਹੀ ਹੈ। ਸੋ ਕਿੱਦਾਂ ਉਹਨਾਂ ਨੂੰ ਆਪਾਂ ਈਜ਼ੀਲੀ ਹੈਲਪ ਕਰ ਸਕਦੇ ਹਾਂ, ਕਿਉਂਕਿ ਵੀਡੀਓ ਦੇਖ ਕੇ ਜ਼ਿਆਦਾ ਆਸਾਨੀ ਨਾਲ ਪਤਾ ਲੱਗ ਜਾਂਦਾ ਆ ਕਿ ਐਨ ਜੀ ਫੀਡ ਨੂੰ ਆਪਾਂ ਤਿਆਰ ਕਿੱਦਾਂ ਕਰਨਾ। ਸੋ ਮੈਂ ਇੱਕ ਛੋਟੀ ਜਿਹੀ ਵੀਡੀਓ ਜਿਹੜੀ ਆ ਉਹ ਖੁਦ ਆਪ ਆਪਣੀ ਕਿਚਨ ਦੇ ਵਿੱਚ ਬਣਾਈ ਆ, ਠੀਕ ਹੈ ਜੀ, ਅਤੇ ਉਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਬੈਟਰ ਸਮਝ ਆ ਜਾਏਗਾ ਕਿ ਆਪਾਂ ਐਨ ਜੀ ਫੀਡ ਕਿੱਦਾਂ ਆਪਣੇ ਪੇਸ਼ੈਂਟ ਨੂੰ ਦੇ ਸਕਦੇ ਹਾਂ। ਸੋ ਐਨ ਜੀ ਫੀਡ ਪ੍ਰਿਪੇਅਰ ਕਰਨ ਵਾਸਤੇ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਨੂੰ ਇੱਕ ਬਲੈਂਡਰ ਚਾਹੀਦਾ ਆ। ਉਸ ਤੋਂ ਬਾਅਦ ਆਪਾਂ ਦਲੀਆ ਜੋ ਕਿ ਸਬਜ਼ੀਆਂ ਦੇ ਵਿੱਚ ਪਾਣੀ ਦੇ ਵਿੱਚ ਬਣਿਆ ਹੋਇਆ ਆ, ਇਹ ਯੂਜ਼ ਕਰਾਂਗੇ ਇਸ ਫੀਡ ਨੂੰ ਤਿਆਰ ਕਰਨ ਲਈ, ਠੀਕ ਹੈ ਜੀ। ਸੋ ਆਪਾਂ ਸਬਜ਼ੀਆਂ ਜਿਹੜੀਆਂ ਆ ਉਹਨੂੰ ਕੱਪ ਦੇ ਵਿੱਚ ਪਾ ਲਿਆ, ਥੋੜ੍ਹਾ ਪਾਣੀ ਦੇ ਨਾਲ ਇਹਨੂੰ ਆਪਾਂ ਹੋਰ ਡਿਲਿਊਟ ਕਰ ਲੈਣਾ ਆ, ਪਤਲਾ ਕਰ ਲੈਣਾ ਆ। ਪਾਣੀ ਦੀ ਥਾਂ 'ਤੇ ਤੁਸੀਂ ਨਾਰੀਅਲ ਪਾਣੀ, ਸਬਜ਼ੀਆਂ ਦਾ ਸੂਪ, ਸਬਜ਼ੀ ਦਾ ਜੂਸ, ਚਿਕਨ ਦਾ ਸੂਪ ਜਾਂ ਖਰੋੜਿਆਂ ਦੀ ਤਰੀ, ਕੋਈ ਵੀ ਇਹ ਮਟੀਰੀਅਲ ਜਿਹੜਾ ਹੈ ਉਹ ਇਹਨੂੰ ਪਤਲਾ ਕਰਨ ਵਾਸਤੇ ਯੂਜ਼ ਕਰ ਸਕਦੇ ਹੋ। ਸੋ ਜਦੋਂ ਸਾਡੀ ਇੱਕ ਵਾਰ ਫੀਡ ਜਿਹੜੀ ਹੈ ਉਹ ਬਲੈਂਡ ਹੋ ਜਾਂਦੀ ਹੈ, ਉਸ ਤੋਂ ਅਗਲਾ ਸਟੈਪ ਆ ਜਾਂਦਾ ਹੈ ਜਿਹੜਾ ਬਹੁਤ ਜ਼ਰੂਰੀ ਹੈ, ਉਹ ਹੈ ਇਸ ਬਲੈਂਡ ਕੀਤੀ ਹੋਈ ਫੀਡ ਨੂੰ ਪੁਣਨਾ। ਸੋ ਮੇਰੇ ਕੋਲ ਇੱਕ ਵੱਡੀ ਪੌਣੀ ਹੈ, ਤੁਸੀਂ ਇਹ ਕੰਮ ਚਾਹ ਪੌਣੀ ਨਾਲ ਵੀ ਜਾਂ ਕਿਸੇ ਕੱਪੜੇ ਦੇ ਨਾਲ ਵੀ ਕਰ ਸਕਦੇ ਹੋ। ਸਾਡਾ ਮੋਟਿਵ ਇੱਥੇ ਇਹ ਹੈ ਕਿ ਜਿਹੜੀ ਅਸੀਂ ਐਨ ਜੀ ਫੀਡ ਤਿਆਰ ਕਰਨੀ ਹੈ ਉਹਦੇ ਵਿੱਚ ਕੋਈ ਸੋਲਿਡ ਪੀਸ ਜਿਹੜਾ ਆ ਉਹ ਨਾ ਰਹਿ ਜਾਏ, ਜਿਹੜਾ ਕਿ ਕੱਲ੍ਹ ਨੂੰ ਅਗਰ ਆਪਾਂ ਪੇਸ਼ੈਂਟ ਨੂੰ ਐਨ ਜੀ ਦੇ ਰਹੇ ਹਾਂ, ਜਦੋਂ ਫੀਡ ਦੇ ਰਹੇ ਹਾਂ ਉਹਦੇ ਵਿੱਚ ਫੀਡ ਦੇ ਵਿੱਚ ਫਸ ਜਾਏ, ਐਨ ਜੀ ਟਿਊਬ ਨੂੰ ਬਲੋਕ ਕਰੇ ਜਾਂ ਕੋਈ ਵੀ ਹੋਰ ਪ੍ਰੋਬਲਮ ਕ੍ਰੀਏਟ ਕਰੇ। ਸੋ ਆਪਾਂ ਫੀਡ ਨੂੰ ਤਿਆਰ ਕਰਕੇ ਬਲੈਂਡ ਕਰਕੇ ਉਹਨੂੰ ਅੱਛੀ ਤਰ੍ਹਾਂ ਪੁਣ ਲੈਣਾ ਹੈ, ਸੋਲਿਡ ਪਾਰਟੀਕਲ ਕੱਢ ਦੇਣੇ। ਜੋ ਤੁਹਾਡੇ ਕੋਲ ਸੋਲਿਡ ਬਚ ਜਾਂਦਾ ਆ ਪਿੱਛੇ ਜਾਲੀ ਸੀਵ 'ਚ, ਇਹਨੂੰ ਚਾਹੇ ਦੁਬਾਰਾ ਬਲੈਂਡ ਕਰਕੇ ਤੁਸੀਂ ਇਹਨੂੰ ਇੱਕ ਵਾਰ ਫਿਰ ਪੁਣ ਸਕਦੇ ਹਾਂ, ਠੀਕ ਹੈ ਜੀ। ਸੋ ਇਹ ਸਾਡੀ ਦਲੀਏ ਦੀ ਫੀਡ ਤਿਆਰ ਹੋ ਗਈ। ਇਹਦੀ ਕੰਸਿਸਟੈਂਸੀ ਆਪਾਂ ਦੇਖ ਲਈਏ ਵੀ ਇਹਦੀ ਕੰਸਿਸਟੈਂਸੀ ਇਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ, ਨਾ ਬਹੁਤੀ ਗਾੜੀ ਅਤੇ ਨਾ ਬਹੁਤ ਜ਼ਿਆਦਾ ਪਤਲੀ। ਇਸੇ ਤਰੀਕੇ ਨਾਲ ਅਸੀਂ ਦੂਜੀ ਫੀਡ ਤਿਆਰ ਕਰਨ ਲੱਗੇ ਹਾਂ ਜੋ ਕਿ ਦਾਲ ਵਾਲੀ ਫੀਡ ਹੈ। ਸੋ ਇੱਕ ਕਟੋਰੀ ਦਾਲ ਜਿਹੜੀ ਹੈ ਉਹ ਆਪਾਂ ਬਲੈਂਡਰ ਦੇ ਕੱਪ ਦੇ ਵਿੱਚ ਪਾ ਕੇ ਸੇਮ ਉਸੇ ਤਰੀਕੇ ਨਾਲ ਉਹਨੂੰ ਡਿਲਿਊਟ ਕਰਨਾ। ਡਿਲਿਊਟ ਕਰਨ ਵਾਸਤੇ ਅਗੇਨ ਕੋਈ ਵੀ ਹੋਰ ਮੀਡੀਅਮ ਤੁਸੀਂ ਜਿਹੜਾ ਲਿਕੁਇਡ ਦਾ ਯੂਜ਼ ਕਰ ਸਕਦੇ ਹਾਂ। ਸੋ ਇਹਨੂੰ ਆਪਾਂ ਬਲੈਂਡ ਕਰ ਦਿਆਂਗੇ। ਬਲੈਂਡ ਕਰਨ ਤੋਂ ਬਾਅਦ ਆਪਾਂ ਸੇਮ ਐਗਜੈਕਟ ਪੁਣਨ ਵਾਲਾ ਜਿਹੜਾ ਪ੍ਰੋਸੈਸ ਆ ਉਹਨੂੰ ਰਿਪੀਟ ਕਰਨਾ ਹੈ, ਠੀਕ ਹੈ ਜੀ। ਸੋ ਤੁਸੀਂ ਇੱਥੇ ਦੇਖ ਸਕਦੇ ਹਾਂ ਕਿ ਦੁਬਾਰਾ ਜਾਲੀ ਦੀ ਹੈਲਪ ਦੇ ਨਾਲ ਆਪਾਂ ਦਾਲ ਵਾਲੀ ਫੀਡ ਨੂੰ ਵੀ ਇਸੇ ਤਰੀਕੇ ਨਾਲ ਪੁਣ ਲੈਣਾ। ਸੋ ਦਾਲ ਵੀ ਆਪਾਂ ਕੋਈ ਵੀ ਵਰਤ ਸਕਦੇ ਹਾਂ, ਠੀਕ ਹੈ। ਸੋ ਦਾਲ ਵਾਲੀ ਫੀਡ ਨੂੰ ਪੁਣਨ ਤੋਂ ਬਾਅਦ ਵੀ ਜੋ ਮਟੀਰੀਅਲ ਸੋਲਿਡ ਹੈ ਜੋ ਕਰੱਸ਼ ਨਹੀਂ ਹੋਇਆ ਉਹਨੂੰ ਸਾਈਡ 'ਤੇ ਕਰ ਲਓ, ਐਂਡ ਪਿੱਛੇ ਜੋ ਸਾਡੇ ਕੋਲ ਲਿਕੁਇਡ ਬਚ ਗਿਆ ਉਹ ਸਾਡੀ ਪ੍ਰੋਪਰ ਜਿਹੜੀ ਹੈ ਫੀਡ ਤਿਆਰ ਹੋ ਗਈ। ਸੋ ਇੱਕ ਵਾਰ ਇਸ ਫੀਡ ਦੀ ਕੰਸਿਸਟੈਂਸੀ ਵੀ ਦੇਖ ਲਈਏ, ਨਾ ਬਹੁਤ ਜ਼ਿਆਦਾ ਗਾੜੀ ਅਤੇ ਨਾ ਬਹੁਤ ਜ਼ਿਆਦਾ ਪਤਲੀ। ਇਹਦੇ ਵਿੱਚ ਅੱਗੇ ਹੁਣ ਤੁਸੀਂ ਜਿਹੜਾ ਵੀ ਆਇਲ ਯੂਜ਼ ਕਰਨਾ ਹੈ, ਓਲਿਵ ਆਇਲ, ਕੋਕੋਨਟ ਆਇਲ, ਅਲਸੀ ਦਾ ਤੇਲ ਜਾਂ ਘਰ ਦਾ ਘਿਓ ਜਾਂ ਘਰ ਦਾ ਮੱਖਣ, ਜੋ ਵੀ ਤੁਹਾਡੇ ਡਾਇਟੀਸ਼ਨ ਨੇ ਤੁਹਾਨੂੰ ਲਿਖ ਕੇ ਦਿੱਤਾ ਹੈ, ਅਤੇ ਜਾਂ ਜੋ ਵੀ ਸਪਲੀਮੈਂਟ ਜਿਹੜਾ ਤੁਹਾਨੂੰ ਰਿਕਮੈਂਡ ਕੀਤਾ, ਪ੍ਰਸਕ੍ਰਾਈਬ ਕੀਤਾ ਹੋਇਆ ਤੁਹਾਡੇ ਡਾਇਟ ਪਲਾਨ ਦੇ ਨਾਲ, ਮੈਡੀਸਨਸ ਦੇ ਨਾਲ, ਉਹ ਸਪਲੀਮੈਂਟ ਅਤੇ ਆਇਲ ਆਪਾਂ ਦੱਸੀ ਮਾਤਰਾ ਦੇ ਅਨੁਸਾਰ ਫੀਡ ਦੇ ਵਿੱਚ ਪਾ ਦੇਣਾ। ਉਬਲਿਆ ਹੋਇਆ ਅੰਡਾ ਅਗਰ ਤੁਸੀਂ ਇਸ ਫੀਡ ਨੂੰ ਪੁਣਨ ਤੋਂ ਬਾਅਦ ਯੂਜ਼ ਕਰਨਾ ਚਾਹੁੰਦੇ ਹੋ ਤਾਂ ਉਬਲਿਆ ਅੰਡਾ ਪਾ ਕੇ ਤੁਹਾਨੂੰ ਇੱਕ ਵਾਰ ਦੁਬਾਰਾ ਇਸ ਫੀਡ ਨੂੰ ਗ੍ਰਾਇੰਡ ਕਰਨਾ ਪਏਗਾ, ਠੀਕ ਹੈ ਜੀ। ਸੋ ਦੈਟ ਉਬਲੇ ਹੋਏ ਅੰਡੇ ਦਾ ਵੀ ਕੋਈ ਸੋਲਿਡ ਪੀਸ ਨਾ ਰਹੇ, ਉਹ ਵੀ ਬਿਲਕੁਲ ਸਾਡੀ ਫੀਡ 'ਚ ਘੁਲ ਜਾਏ। ਸੋ ਇਹ ਸੀ ਤਰੀਕਾ ਜਿਹਦੇ ਨਾਲ ਆਪਾਂ ਫੀਡ ਬਣਾਈ ਹੈ। ਕਾਲੀ ਕਾਲੀ ਦੇ ਵਿੱਚ ਵੀਡੀਓ ਬਣਾਈ ਹੈ, ਥੋੜ੍ਹਾ ਜਿਹਾ ਇਸ ਕਰਕੇ ਕਿਚਨ 'ਚ ਖਲਾਰਾ ਵੀ ਪੈ ਗਿਆ, ਸੋ ਉਹਦੇ ਲਈ ਆਈ ਐਮ ਸੋਰੀ। ਸੋ ਇਹ ਫੀਡ ਦੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ, ਅਤੇ ਲੋੜ ਮੁਤਾਬਕ ਅਸੀਂ ਫੀਡ ਦੇ ਵਿੱਚ ਆਪਣਾ ਆਇਲ ਅਤੇ ਸਪਲੀਮੈਂਟ ਐਡ ਕਰਨਾ ਹੈ। ਸੋ ਦੋਸਤੋ, ਤੁਸੀਂ ਦੇਖ ਲਿਆ ਕਿ ਆਪਾਂ ਕਿੱਦਾਂ ਇੱਕ ਦਾਲ ਵਾਲੀ ਅਤੇ ਇੱਕ ਦਲੀਏ ਸਬਜ਼ੀ ਵਾਲੀ ਅਤੇ ਐੱਗ ਵਾਲੀ ਜਿਹੜੀ ਆ ਉਹ ਐਨ ਜੀ ਫੀਡ ਤਿਆਰ ਕੀਤੀ ਆ। ਬਹੁਤ ਹੀ ਸਿੰਪਲ ਪ੍ਰੋਸੈਸ ਆ, ਥੋੜ੍ਹਾ ਜਿਹਾ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਵੀ ਅਸੀਂ ਉਹਦੇ ਵਿੱਚ ਪਾਣੀ ਦਾ ਕੰਟੈਂਟ ਕਿੰਨਾ ਪਾ ਰਹੇ ਹਾਂ, ਫੀਡ ਜਿਹੜੀ ਆ ਉਹ ਗਾੜੀ ਕਿੰਨੀ ਆ, ਪਤਲੀ ਕਿੰਨੀ ਆ, ਬਸ ਮੇਨ ਇਸ ਚੀਜ਼ ਵੱਲ ਆਪਾਂ ਧਿਆਨ ਦੇਣਾ ਹੁੰਦਾ ਆ, ਠੀਕ ਹੈ ਜੀ। ਸੋ ਐਨ ਜੀ ਫੀਡ ਅਗਰ ਕਿਸੇ ਪੇਸ਼ੈਂਟ ਦੇ ਲੱਗੀ ਆ, ਮੈਂ ਤੁਹਾਡੀ ਗੱਲ ਨਾਲ ਐਗਰੀ ਕਰੂੰਗਾ ਅਗਰ ਤੁਸੀਂ ਕਹੋਗੇ ਕਿ ਉਹ ਪੇਸ਼ੈਂਟ ਲਈ ਅਨਕੰਫਰਟੇਬਲ ਆ, ਬਿਲਕੁਲ ਤੁਹਾਡੀ ਗੱਲ ਠੀਕ ਆ।
फैमिली वास्ते भी वो थोड़ी जी अनकंफर्टेबल हो जाती है क्योंकि एन जी फीड बार बार तैयार करके एन जी दे विच देना हर बंदा इन्ना ट्रेंड नहीं हुंदा, कोई ना कोई कॉम्प्लीकेशनस आ जाती हैं। लेकिन अगर मैं एक डाइटिशन वालों तुहानू अपना व्यू दवा कि अगर साडा पेशेंट हैड इंजरी के कारण या किसी होर कारण लकवे के कारण वह फेस मूँह नहीं चल रहा, फेशियल पालसी करके वो फेस के उपर असर होया या ते उदा जबाड़ा जिहड़ा वह सही तरीके नहीं चल रहा या उदी जबान जिहड़ी जीव जिहड़ी है वह सही तरीके नहीं चल रही या गले की किसी प्रॉब्लम करके या मूँह के छाले या होर बहुत सारे कारण करके जिन्हां करके एन जी फीड पाई जाती है, अटेंडेंट्स नूं रिक्वेस्ट आ प्लीज़ एन जी जल्दी तो जल्दी रिमूव करन दी जिद डॉक्टर दे नाल ना करिया करो। बिकॉज मकसद इत्थे है तुहाडे पेशेंट दी बॉडी च वध तो वध न्यूट्रीशन पहुँचाउणा। अगर तुहाडा पेशेंट खा नहीं पा रहा या चबा नहीं पा रहा, उन्हूं नगा नहीं पा रहा, तो एन जी फीड अगर तुहाडे पेशेंट दे लगी है उहदे नाल बहुत अच्छे लैवल का न्यूट्रीशन तुसीं अपने पेशेंट की बॉडी च डेली पा सकदे। इन्ना उहदे कोलों उहदा नहीं खा होना, पूरे दिन दे विच अगर तुसीं 7 to 8 या 9 फीड अपने पेशेंट नूं दिंदे आ, अगर तुहाडा पेशेंट बीमार आ या बहुत ज़्यादा बजुर्ग हो गया है या किसी होर प्रॉब्लम करके सिर दी सट लगन दे करके या होर कोई भी प्रॉब्लम करके वह नहीं खा पाता, एन जी फीड राही शरीर च न्यूट्रीशन देना सारिया तो वधिया ऑप्शन है साढ़े को। ठीक है, सो मैं उम्मीद करता हाँ कि इस वीडियो नू जो भी बंदा मेडिकल लाइन वाला भी अगर देखेगा तो प्लीज़ इस वीडियो नू तुसी अगे उन्हां लोगों नाल जरूर शेयर कर दिओ जिन्हां दे घर कोई ना कोई पेशेंट ऐसा है जिहड़ा एन जी फीड लै रहा, सो इहदे नाल थोड़ी जी उन्हां नू एक आसानी हो जाएगी। बाकी अगर तुहाडे घर कोई भी ऐसा पेशेंट है जो एन जी फीड लै रहा है किसी भी कारण करके, अगर तुसी चाहुंदे आ कि उहदा एक वधिया डाइट प्लैन एन जी फीड वास्ते तैयार किया जाए तो तुसी मेरे नाल कॉन्टैक्ट कर सकते हैं या मैनू हॉस्पिटल भी आके मिल सकते हैं या तुसी ऑनलाइन भी मेरे नाल फोन पर कॉन्टैक्ट कर सकते हैं, इंटरनेट पर कॉन्टैक्ट कर सकते हैं। तुहाडे पेशेंट की कंडीशन नू देखदे होया सब तो बेस्ट पॉसीबल जिहड़ा डाइट प्लैन होएगा वो तुहानू मैं सुजैसट कर दूंगा। ठीक है जी, सो प्लीज़ इस वीडियो नू उन्हां लोकां नाल जरूर शेयर करियो जिन्हां दे घर कोई ना कोई ऐसा पेशेंट है जिहड़ा एन जी फीड दे उपर। थैंक यू।